ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਫਾਦਰਜ਼ ਡੇ ਤੇ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਮੈਂ ਇਸ ਕਰਕੇ ਲਾਈਵ ਹੋਇਆ ਹਾਂ ਹੁਣੇ ਹੁਣੇ ਪ੍ਰੋਗਰਾਮ ਤੋਂ ਆਏ ਸੀਗੇ ਤੇ ਸ਼ੁਕਰਾਨਾ ਕਰਨਾ ਸੀਗਾ ਤੁਹਾਡਾ ਸਾਰਿਆਂ ਦਾ ਤੁਸੀਂ ਬਹੁਤ ਜਿਆਦਾ ਪਿਆਰ ਬਖਸ਼ਿਆ ਆਜਾ ਬੱਪੂ ਲਵ ਯੂ ਪਾਪਾ ਮੇਰਾ ਗਾਣਾ ਆਇਆ ਮਤਲਬ ਮੇਰਾ ਕਹਿ ਲਹ ਹਰ ਇੱਕ ਇਨਸਾਨ ਤੇ ਦਿਲ ਦੀ ਗੱਲ ਹੈ ਇਸ ਕਰਕੇ ਬਹੁਤ ਪਿਆਰ ਦਿੱਤਾ ਰਾਣੇ ਬਾਈ ਦਾ ਬਹੁਤ ਸ਼ੁਕਰਗੁਜ਼ਾਰਾਂ ਕਿ ਮੈਨੂੰ ਉਹਨਾਂ ਨੇ ਇਹ ਗਾਣਾ ਮੇਰੇ ਹਿੱਸੇ ਆਇਆ ਅਸੀਂ ਫਿਲਮ ਸ਼ੂਟ ਕਰਦੇ ਸੀਗੇ ਸਨੋਮੈਨ ਉਦੋਂ ਉਹਨਾਂ ਨੇ ਮੈਨੂੰ ਗਾਣਾ ਸੁਣਾਇਆ ਮੈਂ ਕਿਹਾ ਭਾਈ ਮੇਰਾ ਗਾਣਾ ਹੈ ਮੈਂ ਹੀ ਕਰੂਗਾ ਤੇ ਗੁਲਜੀਤ ਭਾਜੀ ਨੇ ਬਹੁਤ ਹੀ ਕੈਂਟ ਮੇਜ਼ ਕੀਤਾ ਬਹੁਤ ਜ਼ਾਰੇ ਵਧੀਆ ਇਮੋਸ਼ਨਲ ਗੀਤ ਬਣਿਆ ਬਹੁਤ ਮਿਹਨਤ ਤੇ ਵੀਡੀਓ ਤੁਸੀਂ ਬਹੁਤ ਕਿਸੰਦ ਕਰ ਰਹੇ ਹੋ ਤੇ ਬਸ ਇਹ ਸ਼ੁਕਰਾਨਾ ਹੀ ਕਰਨਾ ਸੀਗਾ ਤੇ ਸਾਰਿਆਂ ਨੂੰ ਇਹੀ ਗੱਲ ਕਹਿਣੀ ਸੀਗੇ ਬਈ ਆਪਾਂ ਕਈ ਵਾਰ ਨਹੀਂ ਰੀਅਲਾਈਜ਼ ਕਰਦੇ ਮੈਂ ਵੀ ਉਹਨਾਂ ਚ ਹੋਣਾ ਬਈ ਆਸਲੀ ਮੇਰੇ ਮੰਮੀ ਹਨੀਗੇ ਡੈਡ ਵੀ ਹਨੀਗੇ ਤੇ ਬਹੁਤ ਮਿਸ ਕਰਦੇ ਆ ਰੋਜ਼ ਮਿਸਤਾ ਰੋਜ਼ ਹੀ ਕਰਦੇ ਆ ਪਰ ਜਦੋਂ ਇਦਾਂ ਦੇ ਦਿਨ ਆਉਂਦਾ ਫਿਰ ਜ਼ਿਆਦਾ ਮਿਸ ਕਰਦੇ ਆ ਸੋ ਬਸ ਇਹ ਨਹੀਂ ਕੋ ਬੇਨਤੀ ਆ ਵੀ ਤੁਸੀਂ ਆਪਣੇ ਆਪਣੇ ਮਾਪਿਆਂ ਨੂੰ ਪਿਆਰ ਕਰਿਆ ਕਰੋ ਉਹਨਾਂ ਨੂੰ ਕੋਈ ਹੋਰ ਕੁਝ ਚੀਜ਼ ਦੀ ਲੋੜ ਨਹੀਂ ਹੁੰਦੀ बस ਉਹਨਾਂ ਨੂੰ ਜਿਹੜੀ ਘੁੱਟ ਕੇ ਜੱਫੀ ਆ ਕਪਾਲੀ ਨਾਲ ਬਸ ਸਾਰੀ ਉਹਨਾਂ ਦੀ ਥਕਾਵਟ ਸਾਰਾ ਕੁਝ ਉਹਨਾਂ ਨੂੰ ਮਿਲ ਜਾਂਦਾ ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਸਬਸ ਮੈਂ ਇੰਨਾ ਕਹਿਣਾ ਸੀਗਾ ਜੀ ਸ਼ੁਕਰਗੁਜ਼ਾਰਾਂ ਤੁਹਾਡਾ ਸਾਰਿਆਂ ਦਾ ਬਹੁਤ ਪਿਆਰ ਸਤਿਕਾਰ ਬਖਸ਼ਿਆ ਤੁਸੀਂ ਇਹ ਗੀਤ ਨੂੰ ਬਹੁਤ ਰੀਲਸ ਵਗੈਰਾ ਵੀਡੀਓਜ਼ ਬਣਾ ਰਹੇ ਹੋ ਤੇ थैंक यू टू एवरीवन ਸਾਰਿਆਂ ਦਾ ਸ਼ੁਕਰਗੁਜ਼ਾਰਾਂ ਤੇ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਬਸ ਇੰਨੀ ਹੀ ਗੱਲ ਕਹਿਣੀ ਸੀਗੀ ਮੈਂ ਉਨੀ ਆ ਕੇ ਬਸ ਨਾ ਕਿ ਵੀ ਧੰਨਵਾਦ ਕਰਨਾ ਜ਼ਰੂਰੀ ਆ ਕਿਉਂਕਿ ਅਸੀਂ ਇੰਡੀਆ ਦੇ ਵਿੱਚ ਹੋ ਗਏ ਆ ਫਰਦਰਸਡੇ ਕੈਨੇਡਾ ਦੇ ਵਿੱਚ ਇੱਥੇ ਕੱਲ ਨੂੰ ਆ ਤੇ ਅੱਜਨੇ ਵੀ ਸਾਰੇ ਦੇਖ ਰਹੇ ਹੋ ਐਸ ਵੇਲੇ ਜੁੜੇ ਹੋ ਸਾਰਿਆਂ ਨੂੰ ਨਿਗਾ ਜੀ ਆ ਆ ਸਾਰਿਆਂ ਦਾ ਹੀ ਸ਼ੁਕਰਾਨਾ ਤੇ ਵੀਡੀਓ ਦੇ ਵਿੱਚ ਮੋਸਟਲੀ ਜਿਹੜੀ ਇੰਡਸਟਰੀ ਦੇ ਸਾਡੇ ਕਲਾਕਾਰ ਨੇ ਉਹਨਾਂ ਨੂੰ ਸਾਰਿਆਂ ਦਾ ਪਾ ਰਹੇ ਹਾਂ ਜਿਹੜੇ ਰਹਿ ਗਏ ਨੇ ਅ ਕੋਸ਼ਿਸ਼ ਹੈ ਇੱਕ ਪੋਜ਼ਿਟਿਵਿਟੀ ਦੀ ਗੱਲ ਕਰਨ ਦੀ ਸੋ ਬਾਕੀ ਹੋਰ ਵੀ ਜਿਹੜੇ ਇੱਕ ਵੱਡੇ ਵਾਲੇ ਨੇ ਕਿਉਂਕਿ ਮੋਸਟਲੀ ਜਿਹੜੇ ਪਪੂਲਰ ਹੋ ਜਾਂਦੇ ਆ ਉਹਨਾਂ ਨੂੰ ਤਾਂ ਲੋਕੀ ਜਾਣਦੇ ਹੁੰਦੇ ਨੇ ਲੇਕਿਨ ਉਹਨਾਂ ਦੇ ਜਿਹੜੇ ਫਾਦਰ ਜਿਨ੍ਹਾਂ ਕਰਕੇ ਉਹ ਬਣਦੇ ਆ ਹਨਾ ਉਹਨਾਂ ਨੂੰ ਵੀ ਦਿਖਾ ਲੈਣਾ ਜ਼ਰੂਰੀ ਸੀਗਾ ਸੋ ਇਦ ਇਸ ਕਰਕੇ ਜਿਹੜੀ ਵੀਡੀਓ ਅਸੀਂ ਇਦਾਂ ਬਣਾਈ ਹੈ ਤੇ ਉਹਨੂੰ ਤੁਸੀਂ ਬਹੁਤ ਪਿਆਰ ਬਖਸ਼ਿਆ ਗੀਤ ਨੂੰ ਬਹੁਤ ਪਿਆਰ ਬਖਸ਼ਿਆ ਮਿਊਜ਼ਿਕ ਨੂੰ ਲਵ ਜਾਨ ਨੂੰ ਸਾਰੇ ਕਿਸੇ ਨੂੰ ਬਸ ਮੈਂ ਸ਼ੁਕਰਾਨਾ ਹੀ ਕਰਨਾ ਸੀਗਾ ਇਸ ਕਰਕੇ ਲਾਈਵ ਹੋਇਆ ਜੀ ਤੇ ਠੀਕ ਹੈ ਜੀ ਖਿਆਲ ਰੱਖਿਓ ਆਪਣਾ ਆਪਣਾ ਤੇ ਉਹੀ ਗੱਲ ਹੈ ਵੀ ਜੇ ਤੁਹਾਡਾ ਫਾਦਰ ਹੈ ਤੁਹਾਡਾ ਬਾਪੂ ਤੁਹਾਡਾ ਪਾਪਾ ਪਾਪਾ ਜੋ ਵੀ ਤੁਸੀਂ ਕਹਿੰਦੇ ਹੋ ਤੁਹਾਡੇ ਕੋਲ ਅੱਜ ਘੁੱਟ ਕੇ ਜੱਫੀ ਪਾ ਕੇ ਬਸ ਉਹਨੂੰ ਕਹਿ ਦਿਓ ਕੁਦਰਤੀ ਗੱਲ ਐ ਜਿਹੜੀ ਆਪਣੇ ਜਨਰੇਸ਼ਨ ਐ ਅ ਅਸੀਂ ਪਿਆਰ ਤਾਂ ਉਹ ਕਰਦੇ ਹੁੰਨੇ ਆ ਪਰ ਕਹਿੰਦੇ ਨਹੀਂ ਕਿ ਬਰਾ ਹੈਨਾ ਕਹਿਣ ਚ ਉਹ ਮਤਲਬ ਡਰਨਾ ਨਹੀਂ ਚਾਹੀਦਾ ਜਾਂ ਇੱਕ ਇੱਕ ਸ਼ਰਮ ਜੀ ਹੁੰਦੀ ਐ ਵੀ ਨਹੀਂ ਐਦਾਂ ਨਹੀਂ ਕਹਿਣਾ ਜਾਂ ਕੁਝ ਵੀ ਜ਼ਰੂਰ ਕਹਿਣਾ ਚਾਹੀਦਾ ਤੇ ਘੁੱਟ ਕੇ ਜੱਫੀ ਪਾਓ ਤੇ ਆਪਣੇ ਬਾਪੂ ਨੂੰ ਤੇ ਕਹੋ ਪਾਪਾ ਲਵ ਯੂ ਆ ਠੀਕ ਹੈ ਨਾ ਜਿਨ੍ਹਾਂ ਦੇ ਹੈ ਨਹੀਂਗੇ ਉਹ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰੋ ਤੇ ਕਿਉਂਕਿ ਉਹ ਅੱਖਾਂ ਬੰਦ ਕਰਕੇ ਉਹ ਮੂਰੇ ਆ ਹੀ ਜਾਂਦੇ ਨੇ ਭਾਵੇਂ ਸਰੀਰਕ ਤੌਰ ਤੇ ਸਾਡੇ ਤੋਂ ਵਿਛੜ ਜਾਂਦੇ ਨੇ ਲੇਕਿਨ ਉਹਨਾਂ ਦਾ ਘਟਾ ਕਦੇ ਨਹੀਂ ਪੂਰਾ ਹੋ ਸਕਦਾ ਲੇਕਿਨ ਉਹ ਨਾਲ ਹੀ ਨੇ ਉੱਤੇ ਉਹ ਖੁਸ਼ ਨੇ ਜਿਵੇਂ ਮੈਂ ਆਪਣੇ ਭਾਬੇ ਦਾ ਸੀਨ ਪਹਿਲਾਂ ਪਾਇਆ ਸਾਡੇ ਪ੍ਰਿੰਟ ਦੀ ਵੀਡੀਓ ਆ ਤੇ ਉਹ ਯਾਦ ਉਹ ਮੇਰੇ ਦਿਲ ਚ ਯਾਤ ਹੈ ਹੀ ਹੈ ਲੇਕਿਨ ਮੈਂ ਉਹ ਤੁਹਾਡੇ ਸਾਰੇ ਨਾਲ ਸਾਂਝੀ ਕਰਨੀ ਚਾਹੁੰਦਾ ਸੀਗਾ ਇਸ ਕਰਕੇ ਉਹ ਵੀਡੀਓ ਮੂਰੇ ਪਾਈ ਹੈ ਜੀ ਐਂਡ ਸ਼ੁਕਲ ਗਜ਼ਾਰਾ ਜੀ ਬਾਕੀ ਕਾ ਫਾਰਮਰਸ ਪ੍ਰੋਟੈਸਟ ਚੱਲੇ ਜਾ ਰਹੀ ਹੈ ਸੋ ਸਾਰਿਆਂ ਨੂੰ ਵੀ ਬੇਨਤੀ ਹੈ ਵੀ ਨਾਲ-ਨਾਲ ਪੋਸਟਾਂ ਜਰੂਰ ਪਾਇਆ ਕਰੋ ਜਰੂਰ ਸਾਥ ਦਿਓ ਇਹ ਆਪਾਂ ਜੰਗ ਜਿੱਤ ਕੇ ਘੜ ਮੋੜਨਾ ਸੋ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਜਰੂਰ ਕਰੋ ਜੇ ਉੱਥੇ ਆ ਤਾਂ ਜਾ ਕੇ ਆਇਆ ਕਰੋ ਵੋਟਰਾਂ ਤੇ ਨਹੀਂ ਤਾਂ ਪੋਸਟਾਂ ਜਰੂਰ ਪਾਇਆ ਕਰੋ ਠੀਕ ਹੈ ਨਾ ਅੱਲਾ ਸ਼ੇਰੀ ਦੇਣੀ ਚਾਹੀਦੀ ਹੈ ਸਾਡੇ ਬਜ਼ੁਰਗ ਮਤਾਵਾ ਬੱਚੇ ਜਿਹੜੇ ਉੱਥੇ ਬੈਠੇ ਨੇ ਤੇ ਮਸੇਨੀ ਦਾ ਬੇਨਤੀ ਆ قبول ਕਰਨੀ ਆ ਤੇ ਹੈਪੀ ਫਾਦਰਸ ਡੇ ਟੂ एवरीवन ਅ ਜਿਹਨਾਂ ਮੈਂ ਪਹਿਲਾਂ ਕਿਹਾ ਵੀ ਜੇ ਕੋਲ ਨੇ ਤਾਂ ਕੁੱਟ ਕੇ ਜੱਫੀ ਪਾ ਲੋ ਤੇ ਕਹਿ ਦਿਓ ਲਵ ਯੂ ਤੇ ਖਿਆਲ ਰੱਖਿਓ ਜੀ ਆਪਣਾ ਆਪਣਾ ਤੇ ਕੱਲੋਂ ਵੀ ਲਾਈਵ ਹੋਵਾਂਗੇ ਰਾਣੀ ਪਾਜੀ ਦੇ ਨਾਲ ਤੇ 93 ਥੰਦ ਕੱਲੋਂ ਲਾਈਵ ਹੋਵਾਂਗੇ ਤੇ ਬਾਕੀ ਫਿਰ ਗੱਲਬਾਤ ਕਰਦੇ ਆ ਜੀ ਥੈਂਕ ਯੂ ਸੋ ਮਚ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੰਨਾ ਇਸ ਗੀਤ ਨੂੰ ਪਿਆਰ ਦੇਣ ਲਈ ਥੈਂਕ ਯੂ ਸੋ ਮਚ ਲਵ ਯੂ